ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਣ ਨੂੰ ਲੈ ਕੇ ਭਾਰਤ 'ਚ ਜੱਦੋਜਹਿਦ ਦਾ ਸਿਲਸਿਲਾ ਜਾਰੀ ਹੈ। ਇਸ ਮਾਮਲੇ 'ਚ ਅੱਜ ਵਿਧਾਇਕ ਕੁਲਬੀਰ ਸਿੰਘ ਜੀਰਾ ਵੱਲੋਂ ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਚਾਹੇ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦੀ ਬਣ ਸਕਦਾ ਹੈ। ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਕਰਤਾਰਪੁਰ ਲਾਂਘੇ ਲਈ ਪੇਸ਼ ਆ ਰਹੀ ਜ਼ਮੀਨ ਐਕੁਆਇਰ ਕਰਨ ਦੀ ਸਮੱਸਿਆ ਨੂੰ ਹੱਲ ਕਰੇ ਤਾਂ ਜੋ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਲਾਂਘੇ ਲਈ ਜ਼ਮੀਨ ਮਿਲ ਸਕੇ। ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਚਾਹੇ ਤਾਂ ਕਰਤਾਰਪੁਰ ਲਾਂਘਾ ਜਲਦ ਖੁੱਲ੍ਹ ਸਕਦਾ ਹੈ। ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਸਲਾਹ ਦਿੱਤੀ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਆਪਣੀ 600 ਏਕੜ ਜ਼ਮੀਨ ਕਿਸਾਨਾਂ ਨਾਲ ਵਟਾ ਲਵੇ ਤਾਂ ਲਾਂਘੇ ਲਈ ਜ਼ਮੀਨ ਮਿਲ ਸਕਦੀ ਹੈ ਤਾਂ ਜੋ ਕਰਤਾਰਪੁਰ ਲਾਂਘਾ ਜਲਦੀ ਖੁੱਲ੍ਹ ਸਕੇ। ਅੱਜ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਨੂੰ ਮਿਲਣ ਜਾ ਰਿਹਾ ਵਾਂ ਔਰ ਇਸ ਮੁੱਦੇ ਦੇ ਉੱਤੇ ਮਿਲਣ ਜਾ ਰਿਹਾ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਜੋ ਜ਼ਮੀਨ 108 ਏਕੜ ਜੋ ਐਕੁਆਇਰ ਕਰਨੀ ਹੈ ਕਿ ਉਹ ਕਿਉਂਕਿ MP ਇਲੈਕਸ਼ਨ ਨੇੜੇ ਆ ਗਿਆ ਔਰ ਮੈਨੂੰ ਲੱਗਦਾ ਹੈ ਕਿ ਚੋਣ ਜਾਬਤਾ ਜਿਹੜਾ ਹੈ ਕਿ ਉਹ ਅਗਲੇ ਮਹੀਨੇ ਤੋਂ ਮਾਰਚ ਤੋਂ ਲੱਗ ਜਾਵੇਗਾ ਔਰ ਇਸ ਲਈ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਕਈਆਂ ਦੇ ਮੈਨੂੰ ਸਿੱਖਾਂ ਦੇ ਫੋਨ ਆਏ ਸਿੰਘਾਂ ਦੇ ਫੋਨ ਆਏ ਕਿ ਮੈਨੂੰ ਉਹਨਾਂ ਨੇ ਦੱਸਿਆ ਕਿ ਜੇ ਸ਼੍ਰੋਮਣੀ ਕਮੇਟੀ ਚਾਹੇ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਉਹ ਜਲਦੀ ਖੁੱਲ੍ਹ ਸਕਦਾ ਹੈ ਕਿਉਂਕਿ ਕਿਲ੍ਹਾ ਨੱਥੂ ਸਿੰਘਾਲਾ ਦੇ ਵਿੱਚ 600 ਏਕੜ ਜ਼ਮੀਨ ਸਵਰਗਵਾਸੀ ਸਰਦਾਰ ਨੱਥਾ ਸਿੰਘ ਜੀ ਉਹਨਾਂ ਨੇ ਜਿਹੜੀ ਜ਼ਮੀਨ ਆ ਉਹ ਡੇਰਾ ਬਾਬਾ ਨਾਨਕ ਸ਼੍ਰੋਮਣੀ ਕਮੇਟੀ ਦੇ ਨਾਂ ਹੈ 600 ਏਕੜ ਜ਼ਮੀਨ ਔਰ ਜੇ ਚਾਹੇ ਸ਼੍ਰੋਮਣੀ ਕਮੇਟੀ ਕਿਉਂਕਿ ਬਹੁਤ ਵੱਡਾ ਅਦਾਰਾ ਹੈ ਧਾਰਮਿਕ ਅਦਾਰਾ ਹੈ ਸ਼੍ਰੋਮਣੀ ਕਮੇਟੀ ਚਾਹੇ ਤਾਂ ਜ਼ਮੀਨ ਅਕਵਾਇਰ ਕਰ ਸਕਦੀ ਹੈ ਸ਼੍ਰੋਮਣੀ ਕਮੇਟੀ ਚਾਹੇ ਤਾਂ ਉਹ ਜ਼ਮੀਨ ਦਾ ਉਹਨਾਂ ਕਿਸਾਨਾਂ ਦੇ ਨਾਲ ਤਬਾਦਲਾ ਕਰ ਸਕਦੀ ਹੈ ਔਰ ਇਸ ਕਰਕੇ ਅੱਜ ਅਪੀਲ ਕਰਨ ਲਈ ਮੈਂ ਅੱਜ ਜਾ ਰਿਹਾ ਕਿਉਂਕਿ ਅੱਜ ਐਗਜੈਕਟਿਵ ਕਮੇਟੀ ਦੀ ਉਹਨਾਂ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਵੀ ਆ ਔਰ ਮੈਂ ਪ੍ਰਧਾਨ ਜੀ ਨੂੰ ਇਹ ਅਪੀਲ ਕਰਨ ਜਾ ਰਿਹਾ ਕਿ ਇਹ ਨਾਨਕ ਨਾਮਲੇਵਾ ਸਿੱਖਾਂ ਦੀ ਮੰਗ ਆ ਕਿ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਫਿਰ ਨਾਨਕ ਨਾਮਲੇਵੇ ਸਿੱਖਾਂ ਨੂੰ ਤੁਸੀਂ ਇਹ ਅਪੀਲ ਕਰੋ ਕਿ ਉਹ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਆਪਦਾ ਯੋਗਦਾਨ ਪਾ ਕੇ ਜ਼ਮੀਨ ਨੂੰ ਅਕਵਾਇਰ ਕੀਤਾ ਜਾਵੇ ਔਰ ਜਿਹੜੀਆਂ ਅਰਦਾਸਾਂ ਨੇ ਸਾਡੀਆਂ ਉਹ ਪੂਰੀਆਂ ਹੋ ਸਕਣ ਔਰ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਖੁੱਲ੍ਹ ਸਕੇ ਔਰ ਅਸੀਂ ਜਲਦੀ ਤੋਂ ਜਲਦੀ ਜਿਹੜੀਆਂ ਇਹ ਨਾਨਕ ਨਾਮਲੇਵਾ ਸੰਗਤਾਂ ਨੇ ਇਹ ਦਰਸ਼ਨ ਦਦਾਰੇ ਕਰ ਸਕੇ। ਕਿੰਨੀ ਕੁ ਅਮਾਊਂਟ ਨੂੰ ਬਣਦੀ ਹੈ ਜੀ ਤਕਰੀਬਨ ਜਿੰਨੀ ਜਿੰਨੀ ਜਗ੍ਹਾ ਅਕਵਾਇਰ ਕਰਨ ਦੀ ਜ਼ਰੂਰਤ ਹੈ? ਉਹਦੇ 'ਚ 108 ਏਕੜ ਜ਼ਮੀਨ ਆ ਔਰ ਜਿਹੜੀ ਕੀਮਤ ਜਿਹੜੀ ਆ ਉਹ 80 ਲੱਖ ਦੇ ਕਰੀਬ ਜਿਹੜੀ ਕੀਮਤ ਜਿਹੜੀ ਉਹ ਭੇਜੀ ਗਈ ਆ ਔਰ ਹੋ ਸਕਦਾ ਕਿ ਉਹ 80 ਲੱਖ ਜਿਹੜਾ ਹੈ ਕਿ BJP ਸਰਕਾਰ ਚਾਹੁੰਦੀ ਹੈ ਕਿ ਇੰਨਾ ਉੱਥੇ ਰੇਟ ਨਹੀਂ ਉਹ ਇੱਕ ਸਿਰਫ ਸਮਾਂ ਟਪਾ ਰਹੇ ਨੇ ਜਾਂ ਤਾਂ BJP ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਅਕਵਾਇਰ ਕੀਤੀ ਜਾਵੇ ਜੇ ਉਹ ਨਹੀਂ ਕਰਦੇ ਤਾਂ ਸ਼੍ਰੋਮਣੀ ਕਮੇਟੀ ਨੂੰ ਅੱਜ ਇਸੇ ਕਰਕੇ ਅਪੀਲ ਕਰਨ ਜਾ ਰਹੇ ਹਾਂ। ਜ਼ਮੀਨ ਕਿੱਥੇ ਹੈਗੀ ਹੈ ਜਿਹੜੀ ਸ਼੍ਰੋਮਣੀ ਕਮੇਟੀ ਦੀ? ਇਹ ਜਿਹੜੀ ਹੈਗੀ ਹੈ ਡੇਰਾ ਬਾਬਾ ਨਾਨਕ ਜਿਹੜਾ ਉੱਥੇ ਜ਼ਮੀਨ ਆ ਗੁਰਦੁਆਰਾ ਸਾਹਿਬ ਦੇ ਨਾਂ ਹੈ ਔਰ ਕਿਲ੍ਹਾ ਨੱਥੂ ਸਿੰਘ ਵਾਲਾ ਜਿਹੜਾ ਪਿੰਡ ਆ ਉਹਦੀ ਜ਼ਮੀਨ ਆ। ਬਿਊਰੋ ਰਿਪੋਰਟ, ਪੰਜਾਬ ਟੂਡੇ।